ਸਲਾਮ ਜਨਾਬ, ਕੀ ਹਾਲ ਚਾਲ ਨੇ? ਅੱਜ ਅਸੀਂ ਆਏ ਹਾਂ ਯਿਵੂ ਇੰਟਰਨੈਸ਼ਨਲ ਟ੍ਰੇਡ ਸੈਂਟਰ 'ਚ, ਅਤੇ ਇੱਥੇ ਅਸੀਂ ਅੱਜ ਸਕੂਲ ਬੈਗ ਦੀ ਦੁਕਾਨ 'ਚ ਆਏ ਹਾਂ। ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਸਕੂਲ ਬੈਗ ਦੀ ਵਰਾਇਟੀ ਲੱਗੀ ਹੈ। ਇਸ ਪਾਸੇ ਸਾਰੇ ਮਰਦਾਂ ਦੀ ਵਰਾਇਟੀ ਲੱਗੀ ਹੈ, ਅਤੇ ਉਸ ਪਾਸੇ ਸਾਰੇ ਲੜਕੀਆਂ ਦੀ ਵਰਾਇਟੀ ਲੱਗੀ ਹੈ ਬੈਗਸ ਦੀ। ਠੀਕ ਹੈ, ਦੁਕਾਨ ਦੇ ਮਾਲਕ ਮਾਲਕਾ ਨੇ ਹਸਬੈਂਡ ਹੋਏ ਇੱਥੇ ਆਏ ਸਨ, ਕੈਮਰਾ ਨੇ ਉਹ ਇਤਨੇ ਸ਼ਰਮੀਲੇ ਨੇ, ਉਹ ਨੱਸ ਗਏ ਨੇ। ਠੀਕ ਹੈ, ਅਤੇ ਉਹਨਾਂ ਦਾ ਬੱਚਾ ਕਿਧਰ ਇੱਧਰ ਹੀ ਛੁੱਪਦਾ ਪਿਆ, ਬਾਟਰ ਗਿਆ, ਟੁੱਟ ਗਿਆ, ਉਹ ਵੀ ਨਾਸ ਕਹਿੰਦੇ ਤੇ ਇੱਥੇ ਛੁੱਪਿਆ ਸੀ ਅੱਗੇ। ਠੀਕ, ਅਤੇ ਇਹ ਜਿਹੜਾ ਰੇਟ ਨੇ ਇਹਨਾਂ ਦੇ, ਇਹ ਦੇਖੋ ਇਹਨਾਂ 'ਚ ਨਾ ਕੋਈ ਲੋਅ ਕੁਆਲਿਟੀ ਨਹੀਂ ਹੈ, ਜਿਤਨੇ ਬੈਗ ਨੇ ਸਾਰੇ ਅੱਛੇ ਕੁਆਲਿਟੀ ਦੇ ਨੇ। ਇਹ ਬੈਗ ਜਿਹੜਾ ਇਹ ਤੁਹਾਨੂੰ 1200 ਤੋਂ ਲੈ ਕੇ 1600 ਤੱਕ ਸਾਰਾ ਰੇਟ ਹੈ। ਇਹ ਦੇਖੋ ਚੰਗੀ ਕੁਆਲਿਟੀ ਦਾ ਬੈਗ ਹੈ, ਸੋਹਣਾ ਰੇਸ ਦੇਖੋ ਇਸ ਬੈਗ ਦੀ, ਤ੍ਰੈ ਜ਼ਿੱਪਾਂ ਨੇ। ਠੀਕ, ਇਹ ਸਾਰੇ ਇਸ ਜਿਤਨਾ ਬੈਗ ਲੱਗੇ ਆ ਸਾਰਾ 1200 ਤੋਂ ਲੈ ਕੇ 1600। ਇਹ ਜਿਹੜਾ ਸਾਈਜ਼ ਵੱਡਾ, ਇਹ ਛੋਟਾ ਸਾਈਜ਼ ਵਾਲਾ ਥੋੜ੍ਹਾ ਯੂਨੀਵਰਸਿਟੀ ਬੈਗ ਬਸ ਯੂਜ਼ ਹੋ ਸਕਦਾ, 1200 ਦੇ। ਠੀਕ ਹੈ, ਆਰਾਮ ਸਕੂਨ ਨਾਲ ਕਾਰੋਬਾਰ ਆਪਣਾ ਸ਼ੁਰੂ ਕਰੋ। ਮੰਗਵਾਏ ਸਾਡੇ ਕੋਲ ਨੂੰ, ਤੁਹਾਡਾ ਆਰਾਮ ਸਕੂਨ ਨਾਲ 2000 ਦਾ ਨਿਕਲ ਸਕਦਾ, ਅਤੇ ਵੱਡੇ ਵਾਲਾ ਤੁਹਾਡਾ 2200-2300 ਤੱਕ ਨਿਕਲ ਸਕਦਾ। ਇਸ ਤੋਂ ਅੱਗੇ ਇਹ ਰੰਗੀਲੇ ਨੇ, ਕਲਰਫੁੱਲ ਬੈਗ ਨੇ, ਇਹ ਤੁਹਾਨੂੰ ਮਿਲ ਜਾਣਗੇ ਕਲਰਫੁੱਲ ਤਕਰੀਬਨ 1200 ਤੱਕ। 1200 ਦੇ ਅੱਗੇ ਪਿੱਛੇ ਇਹਨਾਂ ਦਾ ਰੇਟ ਹੈ ਸਾਰੇ, ਆਰਾਮ ਸਕੂਨ ਨਾਲ ਹੱਸ ਕੇ 1800-2000 ਦਾ ਵਿਕ ਜਾਏਗਾ। ਇਸ ਪਾਸੇ ਅੱਜ ਸੋਹਣੇ ਨੇ ਕਲਰਫੁੱਲ ਜਿਹੜੇ ਨੇ, ਇਹਨਾਂ ਦਾ ਰੇਟ 900-1100 ਤੱਕ ਹੈ, ਡਿਫਰੈਂਟ ਹੈ। ਠੀਕ ਹੈ, ਲੇਕਿਨ ਥੋੜ੍ਹਾ ਜਿਹਾ ਬਿਹਤਰ ਹੈ। ਆਰਾਮ ਸਕੂਨ ਨਾਲ ਇਹ ਸੋਹਣਾ ਪੀਸ ਹੈ, ਦੇਖੋ ਹੱਸ ਕੇ ਤੁਹਾਡਾ 2200-2300 ਦਾ ਵਿਕ ਸਕਦਾ। ਨੈਕਸਟ ਅੱਗੇ ਇਸ ਪਾਸੇ ਆ ਜਾਓ, ਅਤੇ ਲੜਕੀਆਂ ਦੇ ਬੈਗ ਨੇ, ਸਕੂਲ ਬੈਗ ਇਹ ਨੇ, ਛੋਟੀ ਬੱਚੀਆਂ ਦੇ ਪ੍ਰਾਇਮਰੀ ਸਕੂਲ ਦੇ। ਇਹਨਾਂ ਦਾ ਰੇਟ ਹੈ ਜਨਾਬ ਸਮਾਲ ਦਾ 850 ਤੋਂ ਲੈ ਕੇ 1000 ਤੱਕ ਰੇਟ ਹੈ ਇਹਨਾਂ ਦਾ। ਨੈਕਸਟ ਅੱਗੇ ਇਸ ਪਾਸੇ ਜਿਤਨਾ ਸੈਕਸ਼ਨ ਹੈ ਸਕੂਲ ਬੈਗ, ਇਹ 1100 ਤੋਂ ਲੈ ਕੇ 1000 ਤੋਂ ਲੈ ਕੇ 1250 ਤੋਂ 1300 ਤੱਕ ਤੁਹਾਨੂੰ ਬੈਗ ਮਿਲ ਜਾਏਗਾ। ਇਹ ਸਾਰੇ ਬਾਰਬੀਆਂ ਲੱਗੀਆਂ, ਡੋਲਸ ਬਣੀਆਂ, ਪਾਵਰ ਪਰ ਗਰਲਸ ਸਾਡੇ ਸੋਲੇ ਉੱਤੇ, ਸਪਾਈਡਰਮੈਨ ਅਤੇ ਬੈਟਮੈਨ ਦੇ ਵੀ ਆਏ ਨੇ। ਇਸ ਤੋਂ ਬਾਅਦ ਜਿਹੜਾ ਉਹ ਅਗਲਾ ਸੈਕਸ਼ਨ ਹੈ, ਉਸ 'ਤੇ ਅੱਗੇ ਜਿਹੜਾ ਸ਼ਾਈਨੀ ਬੈਗ ਵੀ ਲੱਗੇ ਨੇ, ਜਿਹੜਾ ਫਲਾਵਰ ਵਾਲੇ ਡਿਜ਼ਾਇਨ ਹੋਰ ਨੇ, ਜ਼ਿਆਦਾ ਡਿਜ਼ਾਇਨ ਨੇ, ਇਹ ਦੇਖ ਲਓ ਇਹਨਾਂ ਦੀ ਜਿਹੜਾ ਰੇਟ ਹੈ, ਇਹ ਤੁਹਾਨੂੰ 1100 ਤੱਕ, 1100 ਤੋਂ 1200, 1250-1300 ਤੱਕ ਰੇਟ ਹੈ। ਇਸ ਤੋਂ ਅੱਗੇ ਇਹ ਸ਼ਾਈਨੀ ਵਾਲੇ ਨੇ, ਇਹ ਸੋਹਣੇ, ਇਹ ਉੱਤੇ ਚਮਕੀਲੀ ਤਿਆਰ ਲੱਗੀਆਂ ਨੇ, ਇਹ ਆਰਾਮ ਸਕੂਨ ਨਾਲ 1400 ਤੋਂ ਲੈ ਕੇ 1500-1550 ਤੱਕ ਰੇਟ ਇਸ ਬੈਗ ਦਾ। ਠੀਕ, ਇਸ ਤੋਂ ਬਾਅਦ ਅਗਲੇ ਨੇ ਵੀਲਸ ਵਾਲੇ, ਇਹ ਤੁਹਾਡੇ ਸਾਹਮਣੇ ਪਏ ਨੇ, ਇਹ ਵੀਲਸ ਵਾਲੇ ਬੈਗ ਨੇ ਜਿਹੜੇ, ਇਹ ਬੈਗ ਜਿਹੜਾ ਨਾ ਥੋੜ੍ਹਾ ਮਹਿੰਗਾ। ਠੀਕ, ਇਹਦਾ ਰੇਟ ਇਹ 2300 ਤੱਕ ਹੈ, 2200-2300 ਤੱਕ। ਇਹਦੇ ਵਿੱਚ ਫਿਰ ਇਸ ਤੋਂ ਵੀ ਜ਼ਰਾ ਮਹਿੰਗਾ ਉਹ ਇਹ ਲੱਗੇ ਹੈ, ਇਹ ਲਾ, ਇਹ ਤਕਰੀਬਨ 2500-3000 ਤੱਕ ਹੈ, ਇਹਦੀ ਕੁਆਲਿਟੀ ਹੋਰ ਬਿਹਤਰ ਹੈ। ਠੀਕ, ਇਹ ਜ਼ਰਾ ਜ਼ਿਆਦਾ ਮਹਿੰਗਾ, ਅਤੇ ਕੰਮ ਸ਼ੁਰੂ ਕਰੋ, ਸਾਡਾ ਇੱਕੋ ਹੀ ਪਰਪਜ਼ ਆ ਤੁਹਾਨੂੰ ਦੱਸੀਏ ਕਿ ਤੁਸੀਂ ਮੈਂ ਦੱਸਣਾ ਕਿ ਤੁਸੀਂ ਸਾਡੇ ਕੋਲ ਮਾਲ ਮੰਗਾਓ, ਆਪਣਾ ਕੰਮ ਸ਼ੁਰੂ ਕਰੋ, ਕਾਰੋਬਾਰ ਕਿਤੇ ਸਕੂਲ ਕਾਲਜ ਦੇ ਬਾਹਰ ਲਾ ਲਓ ਅਤੇ ਦਿਹਾੜੀ ਲਾਓ ਆਪਣੀ। ਅਤੇ ਇਸ ਜਿਹੜਾ ਮਿਨੀਮਮ ਪੀਸਿਸ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਵਿੱਚ 100 ਪੀਸਿਸ, ਅਤੇ ਇਹਨਾਂ ਦੇ ਵਿੱਚ ਜਿਹੜਾ ਨਾ 300 ਪੀਸ ਹੈ। ਠੀਕ ਹੈ, ਤੁਸੀਂ ਮਿਨੀਮਮ ਮੰਗਵਾ ਸਕਦੇ ਹੋ, ਐਂਡ ਇਹਨਾਂ ਦਾ MOQ ਇਜ਼ 100 ਪੀਸਿਸ, 200। ਇਹ ਲੜਕੀਆਂ ਦਾ ਜਿਤਨਾ ਬੈਗ ਹੈ ਵੀ 200 ਪੀਸ ਮਿਨੀਮਮ ਕੁਆਲਿਟੀ ਹੈ, ਮਤਲਬ ਤੁਸੀਂ ਜ਼ਿਆਦਾ ਮੰਗਾਓਗੇ ਤਾਂ ਰੇਟ ਵੀ ਚੰਗਾ ਮਿਲ ਜਾਏਗਾ, ਅਤੇ ਆਰਡਰ ਦਿਓਗੇ ਤਾਂ ਚੰਗੀ ਕੁਆਲਿਟੀ ਹੋਗੀ। ਥੋੜ੍ਹੇ ਪੀਸ ਨੂੰ ਬੰਦੇ ਨੂੰ ਆਉਂਦੇ ਹੀ ਨਹੀਂ, ਕਿਉਂਕਿ ਇਹ ਹੋਲਸੇਲ ਦੀ ਮਾਰਕੀਟ ਹੈ, ਜਿੰਨਾ ਜ਼ਿਆਦਾ ਮਾਲ ਚੁੱਕੋਗੇ ਉਨਾ ਘੱਟ ਰੇਟ ਤੁਹਾਨੂੰ ਮਿਲ ਸਕਦਾ। ਅਤੇ ਆਪਣਾ ਕੰਮ ਸ਼ੁਰੂ ਕਰੋ, ਸਕੂਲ ਬੈਗ ਲਵੋ, ਦਿਹਾੜ ਲਾਓ, ਅਤੇ ਇਜਾਜ਼ਤ ਦਿਓ ਸਾਨੂੰ। ਅਸਲਾਮ ਵਾਲੇਕੁਮ।